ਮਲੂਕਾ ਜੀ ਇਹ ਇਸ ਲਈ ਕਿ ਚੋਣ ਸਾਹਮਣੇ ਹੈ 2017 ਕਾ ਇਹ ਕਹੇ ਕਿ ਰਨ ਸਾਹਮਣੇ ਹੈ ਇਸ ਲਈ ਸੜਕਾਂ ਪੱਕੀ ਕਰਨੇ ਦਾ ਫੈਸਲਾ ਕੀਤਾ ਗਿਆ ਪੰਜਾਬ ਸਰਕਾਰ ਦੁਆਰਾ ਨਹੀਂ ਦਿਨੇਸ਼ ਜੀ ਵੇਖੋ ਸਰਕਾਰ ਦੀ ਡਿਊਟੀ ਹੁੰਦੀ ਹੈ ਡਿਵੈਲਪਮੈਂਟ ਕਰਨੀ ਕੰਮ ਕਰਨੇ ਹਰ ਖੇਤਰ ਦੇ ਵਿੱਚ ਸੜਕਾਂ ਵੀ ਬਣਾਉਣੀਆਂ ਗਲੀਆਂ ਨਾਲੀਆਂ ਵੀ ਬਣਾਉਣੀਆਂ ਹੋਰ ਵੀ ਸਾਰੇ ਕੰਮ ਜਿਹੜੇ ਪਿੰਡਾਂ ਨਾਲ ਜੁੜੇ ਆ ਜਾਂ ਸ਼ਹਿਰਾਂ ਨਾਲ ਜੁੜੇ ਦੋਨੇ ਕਰਨੇ ਨੇ ਪਰ ਆਪਾਂ ਮੰਨ ਲਓ ਜਦੋਂ ਇਲੈਕਸ਼ਨ ਆ ਜਾਂਦੀ ਹੈ ਨੇੜੇ थोड़ी जी रफ्तार जी जी तो कोई गल जब आपकी बात होती है मुख्यमंत्री से उप मुख्यमंत्री से कोर ग्रुप जो है श्रोमणि अकाली दल का बैठा होता है तो कहीं ना कहीं आपको लगता है कहीं इस तरह का इस तरह की बात होती है कि कमी रह गई कमी नहीं बल्कि बहुत सारी कमियां रह गई मलुका जी आप सवाल ते सुन पाए मेरा तो मैं, तो मैं ये कह रहा लास्ट पे आके हूँ मलुका तो तो जी तो मैं मैं अपना सवाल फिर दोहराऊंगा क्या जब अकाली दल शिरोमणि अकाली हा, दल की कोर ग्रुप की बैठक होती है जिसमें मुख्यमंत्री होते हैं उप मुख्यमंत्री होते हैं आप और जो सदस्य हैं कोर ग्रुप के वो होते हैं कहीं ना कहीं आपको ये लगता है इस तरह की बात होती है कि जो हमने वादे किए थे पिछले पाँच साल में वो हम लोग पूरी तरह से अच्छी तरह से पूरे नहीं कर पाए ਚਲੋ ਮੈਂ ਇਹਨੇ ਦਾ ਜਵਾਬ ਦਿੰਨਾ ਦਿਨੇਸ਼ ਜੀ ਪਰ ਮਗਰੋਂ ਜਿਹੜਾ ਤੁਸੀਂ ਥੋੜੇ ਜਿਹਾ ਬੋਲਦੇ ਮੈਨੂੰ ਮਾਈਕਰ ਕੱਟ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਮੈਂ ਥੋੜਾ ਮੋਟਾ ਮੋਟਾ ਜਵਾਬ ਦਿੰਨਾ ਇਹ ਬਿਲਕੁਲ ਠੀਕ ਹੈ ਕਿ ਕੋਰ ਗਰੁੱਪਾ ਜਿਹੜਾ ਸਾਡਾ ਜਿਹੜੀ ਕੋਰ ਕਮੇਟੀ ਦੀ ਜਦੋਂ ਮੀਟਿੰਗ ਹੁੰਦੀ ਹੈ ਜਿੱਦੇ ਸਾਰੇ ਸੀਨੀਅਰ ਬੰਦੇ ਹੁੰਦੇ ਨੇ ਉਹਦੇ ਵਿੱਚ ਹਰ ਗੱਲ ਵਿਚਾਰੀ ਜਾਂਦੀ ਹੈ ਕਿ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਆ ਕਿ ਨਹੀਂ ਕੀਤੇ ਪਰ ਮੈਂ ਇਸ ਵੇਲੇ ਕਹਿ ਸਕਦਾ ਇਸ ਮੰਚ ਦੇ ਉੱਤੋਂ ਕਿ ਜੋ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਵਾਅਦੇ ਕੀਤੇ ਸਨ ਬਲਕਿ ਕਈ ਕੰਮ ਦਿਨੇਸ਼ ਜੀ ਅਸੀਂ ਵਹਿਦਾ ਤੋਂ ਜ਼ਿਆਦਾ ਕੀਤੇ ਨੇ ਜੀ ਵਹਿਦੇ ਜਿੰਨੇ ਕੀਤੇ ਸੀ ਸਾਡਾ ਮੈਨੀਫੈਸਟੋ ਚੱਕ ਲਓ ਕਈ ਗੱਲਾਂ ਉਹਦੇ ਤੋਂ ਅਸੀਂ ਜ਼ਿਆਦਾ ਕਰਤੀਆਂ ਜਿਹੜੇ ਵਹਿਦੇ ਕੀਤੇ ਵੀ ਨਹੀਂ ਸੀ ਮੈਨੀਫੈਸਟੋ ਦੇ ਵਿੱਚ ਅਸੀਂ ਉਹ ਵੀ ਗੱਲਾਂ ਕਰਤੀਆਂ ਕਿਆ ਮਲੂਕਾ ਜੀ ਆਪਕੋ ਲੱਗਤਾ ਹੈ ਜਨਤਾ ਖੁਸ਼ ਹੈ ਜਨਤਾ ਖੁਸ਼ ਹੈ ਆਪਸੇ ਆਮ ਆਮ ਜਨਤਾ ਜੋ ਹੈ ਉਹ ਖੁਸ਼ ਹੈ ਆਪ ਕਹਿ ਰਹੇ ਕਿ ਹਮਨੇ ਜ਼ਿਆਦਾ ਕੰਮ ਕਰ ਦਿਏ ਕਿਆ ਜ਼ਿਆਦਾ ਕੰਮ ਜੋ ਹੈ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਟ ਜੋੜਨਾ ਕਰ ਦਿਏ ਪੰਜਾਬ ਮੈਂ ਨੇ ਵੇਖੋ ਮੈਂ ਜਿਵੇਂ ਕਿਹਾ ਕਿ ਚੋਣ ਮੈਨੀਫੈਸਟੋ ਦੇ ਵਿੱਚ ਕੋਈ ਵਾਦੇ ਹੁੰਦੇ ਨੇ ਉਹ ਕਰਨੇ ਹੁੰਦੇ ਨੇ ਇੱਕ ਅੱਧਾ ਕਦੇ ਨਾ ਕਦੇ ਰਹਿ ਵੀ ਜਾਂਦਾ ਮੈਂ ਇਸ ਨਾਲ ਵੀ ਸਹਿਮਤ ਹੁਣਾ ਪਰ ਮੈਂ ਜਿਵੇਂ ਕਿਹਾ ਕਿ ਕੁਝ ਐਸੇ ਗੱਲਾਂ ਕੀਤੀਆਂ ਨੇ ਅਸੀਂ ਜਿਹੜੀਆਂ ਕਿ ਚੋਣ ਮੈਨੀਫੈਸਟੋ ਦੇ ਵਿੱਚ ਨਹੀਂ ਸਨ ਜਿਵੇਂ ਅਸੀਂ ਸਾਰੇ ਲੋਕਾਂ ਦਾ ਬੀਮਾ ਕੀਤਾ ਵਪਾਰੀਆਂ ਦਾ ਵੀ ਕੀਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਕੀਤਾ ਇਹ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਨਹੀਂ ਸੀਗਾ ਅਸੀਂ ਸਾਰੇ ਲੋਕ ਜਿਹੜੇ ਗਰੀਬ ਲੋਕਸ ਹਨ ਜਿਹੜੇ ਚਾਹੁੰਦੇ ਸਨ ਕਿ ਅਸੀਂ ਤੀਰਥ ਯਾਤਰਾ ਕਰਨੀ ਹੈ ਜਿਵੇਂ ਹਜੂਰ ਸਾਹਿਬ ਹਰ ਬੰਦੇ ਦੇ ਮਨ ਦੇ ਵਿੱਚ ਹੁੰਦਾ ਸਾਲਾ ਸਰ ਬੰਦੇ ਦੇ ਮਨ ਦੇ ਵਿੱਚ ਹੁੰਦਾ ਧਾਰਮਿਕ ਅਜਮੇਰ ਸ਼੍ਰੀ ਮੁਸਲਮਾਨ ਭਾਈਚਾਰੇ ਦੇ ਮਨ ਦੇ ਵਿੱਚ ਹੁੰਦਾ ਉਹ ਅਸੀਂ ਕਦੇ ਵੈਦਾਂ ਨਹੀਂ ਸੀ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਜਾ ਨਹੀਂ ਸੀ ਸਕਦੇ ਜਿਹਨਾਂ ਦੇ ਮਨ ਦੇ ਵਿੱਚ ਸੀ ਕਿ ਅਸੀਂ ਜਾਣਾ ਉਹਨਾਂ ਕੋਲੇ ਪੈਸੇ ਨਹੀਂ ਸੀ ਅਸੀਂ ਉਹਨਾਂ ਦੀ ਵੀ ਤੀਰਥ ਯਾਤਰਾ ਕਰਾਈ ਆ ਇਵੇਂ ਇੱਕ ਹੋਰ ਜਿਹੜੀਆਂ ਵੱਡੀਆਂ-ਵੱਡੀਆਂ ਸੜਕਾਂ ਫੋਰ ਲੈਂਡ ਜਿਹੜੀਆਂ ਪੰਜਾਬ ਦੇ ਵਿੱਚ ਕੀਤੀਆਂ ਨੇ ਕਿਸਾਨਾਂ ਦਾ ਬਿਨਾਂ ਵਿਆਜ 50000 ਤੱਕ ਦਾ ਅਸੀਂ ਲੋਨ ਦੇਣਾ ਕੀਤਾ ਖਿਡਾਰੀਆਂ ਵਾਸਤੇ ਕਿੰਨੀਆਂ ਨਵੀਆਂ ਗੱਲਾਂ ਕੀਤੀਆਂ ਨੇ

ਵਖਾਰੀ ਤਾਂ ਨਹੀਂ ਹੈਗੀ। ਵੇਖੋ ਮੈਂ ਇਹ ਮੰਨਦਾ ਕਿ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਨਾਲ ਵੀ ਇਸ ਵੇਲੇ ਬੈਟਰ ਸਥਿਤੀ ਦੇ ਵਿੱਚ ਆ ਹਰ ਖੇਤਰ ਦੇ ਵਿੱਚ ਸਾਰੀਆਂ ਰਿਪੋਰਟਾਂ ਚੱਕ ਲਓ ਜੋ ਸੈਂਟਰ ਵੱਲੋਂ ਜਾਰੀ ਹੁੰਦੀਆਂ ਸਾਲ ਦੇ ਹਿਸਾਬ ਨਾਲ ਪੰਜਾਬ ਹਰ ਗੱਲ ਦੇ ਵਿੱਚ ਬੈਟਰ ਸਦਿੱਤੀ ਆ ਜਿਹੜੇ ਸਾਡੇ ਵਿਰੋਧੀ ਨੇ ਉਹ ਇਹ ਨਹੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਵਿਕਾਸ ਨਹੀਂ ਹੋਇਆ ਇਹ ਤਾਂ ਚਰਚਾ ਹੀ ਨਹੀਂ ਕਰਦੇ ਹੋ ਚਰਚਾ ਉਹ ਕੀ ਕਰਦੇ ਨੇ ਪੰਜਾਬ ਸਰ ਕਰਜ਼ਾ ਚੜ ਗਿਆ ਜੀ ਪੰਜਾਬ ਚ ਨਸ਼ੇ ਆ ਗਏ ਜੀ ਦੋ ਗੱਲਾਂ ਤੇ ਪੰਜਾਬ ਨੂੰ ਬਦਨਾਮ ਕਰਦੇ ਨੇ ਕਦੇ ਵਾ ਵਿਕਾਸ ਦੇ ਉੱਤੇ ਤੋਂ ਗੱਲ ਹੀ ਨਹੀਂ ਕਰਦੇ ਵਿਕਾਸ ਦੇ ਉੱਤੇ ਤੋਂ ਵਹਿਸ ਹੀ ਨਹੀਂ ਕਰਦੇ ਇਸ ਕਰਕੇ ਉਹਨਾਂ ਕੋਲੇ ਕਹਿਣ ਨੂੰ ਸਾਡੇ ਲਈ ਕੁਝ ਨਹੀਂ ਆਹੀ ਦੋ ਗੱਲਾਂ ਨੇ ਜੀ ਪੰਜਾਬ ਨਸ਼ੇੜੀ ਹੋ ਗਿਆ ਜੀ ਪੰਜਾਬ ਕਰਜ਼ਾਈ ਹੋ ਗਿਆ ਜੀ ਆਹੀ ਗੱਲਾਂ ਤੁਸੀਂ ਵੇਖ ਲਓ ਹਰ ਟੀਵੀ ਤੇ ਮਨੁੱਖ ਜੀ ਕਹਿੰਦਾ ਇਹ આરોਪ ਗਲਤ ਹੈ ਕਿ ਪੰਜਾਬ ਮੈਂ ਨਸ਼ਾ ਨਹੀਂ ਹੈ ਬੀਖੋ ਦਿਨੇਸ਼ ਜੀ ਮੈਂ ਇਹ ਕਦੇ ਇਨਕਾਰ ਨਹੀਂ ਕਰਦਾ ਕਿ ਥੋੜਾ ਬਹੁਤਾ ਨਸ਼ਾ ਪੰਜਾਬ ਦੇ ਵਿੱਚ ਨਹੀਂ ਹੈਗਾ ਮੈਨੂੰ ਨਾ ਮੈਂ ਝੂਠ ਬੋਲਾਂ ਨਾ ਮੈਨੂੰ ਝੂਠ ਬੋਲਣ ਦੀ ਆਦਤ ਹੈ ਜੀ ਜੀ ਪਰ ਇਹ ਨਸ਼ਾ ਅੱਜ ਦਾ ਨਹੀਂ ਹੈਗਾ ਤੁਸੀਂ ਸਰਵੇ ਕਰਾ ਲਓ ਜੇ ਨਸ਼ਾ ਸਾਡੇ ਸਮੇਂ ਚ ਹੋਇਆ ਪਹਿਲਾ ਨਹੀਂ ਸੀ ਮੈਂ ਸਿਆਸਤ ਹੀ ਛੱਡ ਦੂੰਗਾ ਮੈਂ ਚੋਣ ਕਦੇ ਚੋਣ ਹੀ ਨਹੀਂ ਲੜੂੰਗਾ ਜੇ ਗੱਲ ਸਾਬਤ ਹੋ ਜੇ ਕਿ ਨਸ਼ਾ ਸਾਡੇ ਪਿਛਲੇ 9.5 ਸਾਲਾਂ ਚ ਆਇਆ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਸ਼ਾ ਨਹੀਂ ਸੀਗਾ ਨਸ਼ਾ ਤਾਂ ਸੈਂਕੜੇ ਸਾਲਾਂ ਤੋਂ ਚੱਲਦਾ ਹੈ ਜੇ ਵੀ ਬਦਲਦਾ ਰਹਿੰਦੀ ਹੈ ਦਿਰਦਸ਼ਾ ਕਦੇ ਕਿਸੇ ਤੱਕ ਦਾ ਨਸ਼ਾ ਹੋ ਗਿਆ ਕਦੇ ਕਿਸੇ ਦਾ ਪਰ ਮੈਂ ਇਹ ਵੀ ਕਹਿਣਾ ਮੈਂ ਹੁਣੇ ਚਾਰ ਦੇਸ਼ਾਂ ਦੇ ਵਿੱਚ ਜਾ ਕੇ ਆਇਆ ਜਰਮਨ ਦੇ ਵਿੱਚ ਹਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਮੈਂ ਜਰਮਨੀ ਦੇ ਵਿੱਚ ਪੁੱਛਿਆ ਜਾਣ ਕੇ ਕਿ ਇੱਥੇ ਕੋਈ ਨਸ਼ਾ ਹੈਗਾ ਕਿ ਨਹੀਂ ਉਹਾਂ ਨੇ ਜਿਹੜਾ ਨਸ਼ਾ ਲੈਣਾ ਦੱਸੋ ਮੈਂ ਹਲੈਂਡ ਚ ਗਿਆ ਉੱਥੇ ਪੁੱਛੋ ਕਹਿੰਦੇ ਬਾਜ਼ਾਰ ਚ ਹੁਣੇ ਲੈ ਦਿੰਦੇ ਆ ਬੋਲੋ ਕਿਹੜਾ ਲੈਣਾ ਲੜਕੀਆਂ ਸਾਡੇ ਸਾਹਮਣੇ ਚਰਸ ਪੀ ਜਾਣ ਮੈਂ ਕੈਨੇਡਾ ਜਾ ਕੇ ਗੱਲ ਕੀਤੀ ਉਹਾਂ ਨੇ ਜਿਹੜੇ ਸਰੀ ਦੇ ਵਿੱਚ 40 ਪੰਜਾਬੀ ਮੁੰਡੇ ਆਪਸੀ ਨਸ਼ੇ ਦੀ ਆਪਸੀ ਜੰਗ ਦੇ ਵਿੱਚ ਗੈਂਗਸਟਰ ਦੇ ਵਿੱਚ ਆਪਦੀਆਂ ਗੋਲੀਆਂ ਨਾਲ ਮਾਰੇ ਗਏ ਜਿਹੜੇ ਪੰਜਾਬ 'ਚ ਤਾਂ ਜਮੇ ਨਹੀਂ ਮਾਰੇ ਗਏ ਜੇ ਥੋੜਾ ਬਹੁਤਾ ਨਸ਼ਾ ਸਾਰੇ ਦੁਨੀਆਂ ਦੇ ਵਿੱਚ ਹੈ ਫਿਰ ਕੱਲੇ ਪੰਜਾਬ ਨੂੰ ਕਿਉਂ ਭੰਡਿਆ ਜਾ ਰਿਹਾ ਹੈ ਇਹ ਜਾਣ ਬੁੱਝ ਕੇ ਪੰਜਾਬ ਨੂੰ ਬਦਨਾਮ ਮਨੁੱਖਾ ਜੀ ਤੁਸੀਂ ਤਾਂ ਆਪ ਕਹਿ ਰਹੇ ਕਿ ਜੋ ਵਿਪੱਖਸ਼ ਕਹਿੰਦਾ ਹੈ ਝੂਠਾ આરોਪ ਲਗਾਤਾ ਹੈ ਜਿਸ ਤਰ੍ਹਾਂ ਸੇ ਬੜਾ ਚੜਾ ਕਰ ਜੋ ਹੈ ਕਹਾ ਜਾਤਾ ਹੈ ਨਸ਼ੇ ਨਸ਼ੇ ਪਰ ਜਿਸ ਤਰ੍ਹਾਂ ਸੇ ਬੜਾ ਚੜਾ ਕਰ ਜੋ ਹੈ ਕਹਾ ਜਾਤਾ ਹੈ ਨਸ਼ੇ ਨਸ਼ੇ ਪਰ ਨਹੀਂ ਮੈਂ ਮੈਂ ਦਿਨੇਸ਼ ਜੀ ਕਿਹਾ ਕਿ ਸਾਰੇ ਸਰਵੇ ਆ ਗਏ ਸੈਂਟਰ ਗਵਰਨਮੈਂਟ ਦੀ ਰਿਪੋਰਟ ਆ ਗਈ ਕਿ ਪੰਜਾਬ ਨਸ਼ੇ 'ਚ 13ਵੇਂ ਨੰਬਰ ਤੇ ਆ ਮਹਾਰਾਸ਼ਟਰ 1 ਤੇ ਆ ਤਾਮਨ ਲਾਡੂ 2 ਤੇ ਆ ਕੇਰਲਾ 3 ਤੇ ਆ ਏਮਜ ਦੀ ਰਿਪੋਰਟ ਆ ਗਈ ਕਿ ਪੰਜਾਬ 'ਚ 1.5 ਪੌਣੇ 2% ਹੀ ਲੋਕ ਨਸ਼ਾ ਕਰਦੇ ਨੇ ਫੌਜ ਦੀ ਭਰਤੀ ਦੇ ਵਿੱਚ ਆ ਗਈ ਰਿਪੋਰਟ ਪੁਲਸ ਦੀ ਭਰਤੀ ਦੇ ਵਿੱਚ ਆ ਗਈ ਹੋਰ ਅਸੀਂ ਸਬੂਤ ਕੀ ਦੇ ਗਏ ਇਹਨਾਂ ਨੂੰ ਕਿ ਇਹਨਾਂ ਨਸ਼ਾ ਨਹੀਂ ਹੁਣ ਜਿਵੇਂ ਇਹ ਕਹਿੰਦੇ ਵੀ 74% ਨਸ਼ਾ ਹੈ 74% ਤਾਂ ਦਿਨੇਸ਼ ਜੀ ਮੈਂ ਵੀ ਆ ਜਾਊਂਗਾ ਸਾਰੇ ਲੋਕ ਹੀ ਆ ਜਾਣਗੇ ਮੈਂ ਨਾ ਬਚਣਾ ਹੀ ਨਹੀਂ ਫਿਰ ਤਾਂ ਕੋਈ ਹਾਲਾਂਕਿ ਮੈਂ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਲਾਉਂਦਾ ਸੋਇਸ ਕਰਕੇ ਪੰਜਾਬ ਨੂੰ ਬਦਨਾਮ ਕਰਦੇ ਨੇ ਨਸ਼ੇ ਹੈਗੇ ਨੇ ਜਰੂਰ 1-2% ਲੋਕੀ ਕਰਦੇ ਨੇ ਮੈਂ ਨਹੀਂ ਕਹਿੰਦਾ ਪਰ ਜਿੰਨੀ ਇਹ ਬਦਨਾਮ ਕਰਦੇ ਨੇ ਪੰਜਾਬ 'ਚ ਇਹ ਝੂਠੀ ਗੱਲ ਹੈ ਸਾਰੀ ਜੀ ਮਨੋਕਾ ਜੀ ਕਿਹਾ ਨਵਜੋਤ ਸਿੰਘ ਸਿੱਧੂ ਕੋ ਅਭੀ ਵੀ ਆਪਕੋ ਲਗਤਾ ਹੈ ਕਿ ਬੀਜੇਪੀ ਕੋ ਮਨਾਣਾ ਚਾਹੀਏ ਅਭੀ ਵੀ ਦੇਰ ਨਹੀਂ ਹੋਈ ਹੈ ਬੀਜੇਪੀ ਕੋ ਮਨਾਣਾ ਚਾਹੀਏ ਅਭੀ ਵੀ ਦੇਰ ਨਹੀਂ ਹੋਈ ਹੈ ਵੇਖੋ ਦਿਨੇਸ਼ ਜੀ ਇਹ ਮਸਲਾ ਤਾਂ ਬੀਜੇਪੀ ਦਾ ਹੈ ਅਸੀਂ ਉਹਦੇ 'ਚ ਕੋਈ ਉਹਨਾਂ ਨੂੰ رائے ਨਹੀਂ ਦੇ ਸਕਦੇ ਹੋ ਆ ਬਰਾਬਰ ਦੀ ਪਾਰਟੀ ਆ ਸਿਆਣੀ ਪਾਰਟੀ ਆ ਉਹ ਆਵਦਾ ਚੰਗਾ ਮਾੜਾ ਸੋਚਦੀ ਐ ਮੈਨੂੰ ਲੱਗ ਪਰ ਜਿੰਨਾ ਤੱਕ ਮੈਨੂੰ ਹੁਣ ਲੱਗਦਾ ਉਹ ਸਮਾਂ ਹੁਣ ਲੰਘ ਚੁੱਕਿਆ ਹੁਣੇ ਸਥਿਤੀਆਂ ਦੁਬਾਰਾ ਲੱਗਣੇ ਨਹੀਂ ਨਾ ਸਿੱਧੂ ਸ਼ਾਇਦ ਮੁੜੇ ਤੇ ਨਾ ਉਹ ਮੋੜਨ ਦੀ ਕੋਸ਼ਿਸ਼ ਕਰਨ ਹੁਣ ਤੱਕ ਜਿਹੜੀ ਪਿਛਲੇ ਕੋਈ 15 20 ਦਿਨਾਂ ਦੀ ਜਿਹੜੀ ਡਿਵੈਲਪਮੈਂਟ ਹੈ ਬੀਜੇਪੀ ਲੇਕਿਨ ਆਪਕੋ ਨਹੀਂ ਲੱਗਦਾ ਕਿ ਉਨ੍ਹਾਂ ਦੇ ਚੁਣავი ਮੈਦਾਨ ਮੇ ਉਤਰਨੇ ਸੇ 2017 ਕੇ ਰਣ ਮੇ ਉਤਰਨੇ ਸੇ ਅਕਾਲੀ ਦਲ ਬੀਜੇਪੀ ਗੱਟਜੋੜ ਕੋ ਨੁਕਸਾਨ ਹੋ ਸਕਤਾ ਹੈ ਨਹੀਂ ਸਾਨੂੰ ਕੋਈ ਨੁਕਸਾਨ ਨਹੀਂ ਹੋਏਗਾ ਕਿਉਂਕਿ ਸਾਨੂੰ ਤਾਂ ਤਾਂ ਨੁਕਸਾਨ ਹੋਏਗਾ ਕੋਈ ਸਾਡੇ ਬੰਦੇ ਭੱਜ ਕੇ ਜਿਹੜਾ ਇਹਨਾਂ ਦਾ ਨਵੇਂ ਗੱਠ ਜੋੜ ਬਣਾ ਰਹੇ ਨੇ ਉਹਦੇ ਸ਼ਾਮਲ ਹੋਣ ਜੇ ਸਾਡਾ ਨੁਕਸਾਨ ਹੋ ਸਕਦਾ ਜੇ ਥੱਲੇ ਸਾਡਾ ਕੇਡਰ ਭੱਜੇ ਜਾਂ ਵਰਕਰ ਸਾਡੇ ਸਿੱਧੂ ਦੋ ਦੋ ਤਾਂ ਆਪ ਹੀ ਕੇ ਨੇਤਾ ਹੈ ਆਪ ਸ਼੍ਰੋਮਣੀ ਅਕਾਲੀ ਦਲ ਸੇ ਛੋੜ ਕੇ ਜੋ ਨੇਤਾ ਗਏ ਹੈ ਪ੍ਰਗਟ ਸਿੰਘ ਉਹ ਵੀ ਸਿੱਧੂ ਕੇ ਸਾਥ ਜਾਸ ਇਹ ਕਹਾ ਜਾ ਕਿ ਚੌਥਾ ਮੋਰਚਾ ਬਣਾ ਬਣਾ ਰਹੇ ਨੇ क्या आप अपने नेताओं को आपका जो अपना घर है उसको एकदम ये कहा जाए कि उनसे बात की जाएगी क्या प्रगट सिंह को वापसी के लिए फिर एक प्रयास किया जाएगा शिरोमणि अकाली दल की तरफ से या फिर टाइम निकल गया दिनेश जी मैं कि उस वो टाइम निकल गया पर जितो तक मैं वड्डियां गांत ने ਜੀ ਪਬਲਿਕ ਨਾਲ ਹੋਵੇ ਫਿਰ ਲੀਡਰ ਤਾਂ ਇੱਕ ਅੱਧਾ ਕੋਈ ਆ ਗਿਆ ਕੋਈ ਸਮੇਂ ਨਾਲ ਚੱਲਦਾ ਰਹਿੰਦਾ ਤੁਸੀਂ ਇਤਿਹਾਸ ਪਰੋਲ ਲਓ ਕਾਂਗਰਸ ਪਾਰਟੀ ਚੋਂ ਕਿੰਨੇ ਲੋਕ ਭੱਜੇ ਕਿਸੇ ਨੇ ਕੋਈ ਫਰਕ ਨਹੀਂ ਪਿਆ ਕਾਂਗਰਸ ਪਾਰਟੀ ਉਵੇਂ ਚੱਲਦੀ ਰਹੀ ਅਕਾਲੀ ਦਲ ਚੋਂ بڑے بڑے ਲੋਕ ਭਜਦੇ ਗਏ ਵਾਪਸ ਆਉਦੇ ਗਏ ਕਹਿੰਦੇ ਪਾਰਟੀ ਨੂੰ ਫਰਕ ਨਹੀਂ ਪਿਆ ਪਾਰਟੀ ਉਹਦੋਂ ਤਕੜੀ ਹੁੰਦੀ ਗਈ ਹੈ ਸੋ ਸਾਨੂੰ ਇਹਨਾਂ ਲੋਕਾਂ ਦੇ ਜਾਣਨਾ ਵੀ जगमीत बराड़ जो है वो कह रहे हैं कि जितने भी बागी नेता हैं चाहे वो कांग्रेस से हो शिरोमणि अकाली दल से हो या बीजेपी से हो वो उनके साथ आ सकते हैं उनको खुला निमंत्रण उन्होंने दिया है। तो क्या आपको लगता है की उनके एक अलग फ्रंट बनाने से आपकी पार्टी को कोई नुकसान होगा ਤਨੇਜ ਜੀ ਮੈਨੂੰ ਹਮਦਰਦੀ ਆ ਵਿਚਾਰੇ ਜਗਵੀਤ ਬਰਾੜ ਦਾ ਕੋਈ ਉਹਨਾਂ ਨੂੰ ਲੈ ਨਹੀਂ ਰਿਹਾ ਉਹਨੂੰ ਕੋਈ ਬੈਠਾ ਦੇਖਦਾ ਵੀ ਮੈਨੂੰ ਕੋਈ ਨਾ ਕੋਈ ਲੈ ਲੈ ਬੰਦਾ ਚੰਗਾ ਐ ਮੈਂ ਨਹੀਂ ਕਹਿੰਦਾ ਕੋਈ ਮੈਂ ਉਹਤੇ ਕੋਈ ਤੂੰ ਪ੍ਰੰਤੂ ਨਹੀਂ ਕਰਦਾ ਕੋਈ ਪਰ ਹੁਣ ਇੱਕ ਆ ਨਵਾਂ ਫਰੰਟ ਖੁੱਲ ਗਿਆ ਸਿੱਧੂ ਸਾਹਿਬ ਵੀ ਹੈਗੇ ਨੇ ਸਰਦਾਰ ਪ੍ਰਗਟ ਸਿੰਘ ਵੀ ਹੈਗੇ ਨੇ ਵੈਸ ਭਰਾ ਹੈਗੇ ਨੇ ਜਗਮੀਤ ਨੂੰ ਵੀ ਵਿੱਚ ਸ਼ਾਮਲ ਕਰ ਲੈਣ ਕਿੱਥੇ ਨਵੇਂ ਇਹਨੇ ਫਰੰਟ ਬਣਾਉਂਦੇ ਫਿਰਨਗੇ ਇਹਦੇ ਵਿੱਚ ਹੀ ਸ਼ਾਮਲ ਕਰ ਲੈਣ ਆਪਨੇ ਨਿਮੰਤਰਣ ਦਿਆ ਥਾ ਕਿਆ ਉਹਨਕੋ ਆਪਨੇ ਉਹਨਕੋ ਨਿਮੰਤਰਣ ਦਿਆ ਥਾ ਕਿਆ ਪਾਰਟੀ ਮੇਂ ਸ਼ਾਮਲ ਹੋਣ ਕੇ ਲਿਏ ਨਹੀਂ ਨਹੀਂ ਸਾਡੀ ਪਾਰਟੀ ਨੇ ਨਿਮਰਤਨ ਨਹੀਂ ਦਿਆ